ਬੰਦੇ ਫਿਰਦੇ ਆ ਇਕੱਲੇ ਇਕੱਲੇ, ਬੂਟੇ ਦੇ ਤਵੀਤ ਪਾਈ ਜਾਂਦੇ ਆ ਗਲ 'ਚ, ਇਕੱਲੇ ਇਕੱਲੇ ਬੂਟੇ ਦੇ ਗਲ 'ਚ ਤਵੀਤ ਪਾਉਂਦੇ ਆ, ਦੇਖਦੇ ਆ ਵੀ ਕਿਵੇਂ ਤਵੀਤ ਪਾਉਂਦੇ, ਕੀ ਕੰਮ ਕਰਦਾ। ਉੱਧਰ ਵੀ ਫਿਰਦੇ ਬੰਦੇ ਸਾਰੇ, ਬਸ ਗੇੜੇ ਦਿੰਦੇ ਫਿਰਦੇ ਆ। ਇਹ ਕੋਈ ਜਪਾਨ ਦੀ ਕਹਿੰਦੇ ਨਵੀਂ ਤਕਨੀਕ ਆਈ ਆ, ਜਪਾਨ ਵਾਲੇ ਬਾਬੇ ਧਾਗਾ ਕਰਕੇ ਦਿੰਦੇ ਆ ਅਤੇ ਉਹ ਧਾਗਾ ਇਹਨਾਂ ਦੇ ਗਲ 'ਚ ਪਾਉਣਾ। ਕਿੱਥੇ ਕਿੱਥੇ ਪਾਈ ਜਾਂਦਾ ਮੁੰਡਾ ਇਹ, ਦੇਖ ਕਿੱਥੇ ਜੇ ਪਾਇਆ ਸੀ ਇੱਧਰ, ਆ ਨਹੀਂ ਇਹ 'ਚ ਨਹੀਂ, ਆ ਗਿਆ, ਆ ਕਰਿਆ ਧਾਗਾ, ਇਹ ਕਰਿਆ ਵੀ ਗੁਲਾਬੀ ਸੁੰਡੀ ਨਾ ਆਵੇ, ਗੁਲਾਬੀ ਸੁੰਡੀ ਨਾ ਆਵੇ। ਅਤੇ ਇਹਦਾ ਕਾਰਨ ਵੀ ਦੱਸਦੇ ਵੀ ਕਾਰਨ ਕੀ ਹੈ ਇਹ, ਇਹ ਕੋਈ ਐਂ ਨਹੀਂ ਹੈਗਾ ਵੀ ਕੋਈ ਮੰਤਰ ਜਾਂ ਟੂਣਾ ਜਾਂ ਕੋਈ ਤਵੀਤ ਕੀਤਾ ਗਾ ਇਹ, ਇਹਦੇ ਵਿੱਚ ਦਵਾਈ ਆ, ਇਹਦੇ ਵਿੱਚ ਦਵਾਈ ਆ ਵੀ ਜਿਹੜਾ ਨਰ ਅਤੇ ਮਾਦਾ ਦੀ ਕ੍ਰੋਸਿੰਗ ਨੂੰ ਰੋਕਦਾ। ਇਹਦੇ ਵਿੱਚ ਇਹੋ ਜਿਹੀ ਸਮੈਲ ਆ ਅਤੇ ਜਿਹੜਾ ਹੈਗਾ ਮਾਦਾ ਉਹਨੂੰ ਆਪਦੇ ਵੱਲ ਖਿੱਚ ਕੇ ਰੱਖਦਾ ਇਹ ਮਾਦਾ ਨੂੰ, ਅਤੇ ਆਪਸ ਵਿੱਚ ਜਿਹੜੀ ਇਹਨਾਂ ਦੀ ਕ੍ਰੋਸਿੰਗ ਆ ਉਹਨੂੰ ਉਹ ਰੋਕਦੇ ਆ। ਅਤੇ ਕਾਰਗਰ ਸਿੱਧ ਹੁੰਦੀ ਆ ਜਾਂ ਨਹੀਂ ਹੁੰਦੀ, ਸਕਸੈਸ ਹੁੰਦੀ ਆ ਉਹ ਬਾਅਦ 'ਚ ਪਤਾ ਲੱਗੂਗਾ ਐਂਡ 'ਤੇ। ਅਤੇ ਪਿਛਲੇ ਸਾਲ ਕਹਿੰਦੇ ਵੀ ਨਾਗਪੁਰ ਦੇ ਵਿੱਚ ਟ੍ਰਾਇਲ ਲੱਗੇ ਸੀ ਅਤੇ ਉੱਥੇ ਕਾਮਯਾਬ ਹੋਏ ਆ ਇਹ, ਕੁਛ ਕਿਸਾਨ ਇੱਕ ਦੋ ਪਿੰਡਾਂ ਦੇ ਉੱਥੇ ਦੇਖ ਕੇ ਆਏ ਆ। ਸੋਨੀ ਲਾ ਲਾ ਹੱਥ, ਤੂੰ ਲਾਈਵ ਨੂੰ ਰਹਿਣ ਦੇ, ਤੈਨੂੰ ਕਿਹੜਾ 1000 ਬੰਦੇ ਨੇ ਦੇਖਣਾ, ਐਂ ਨਹੀਂ ਕਰਦੇ ਹੁੰਦੇ। ਤੂੰ ਕਿਹੜਾ ਕੰਮ ਨਿਬੇੜਾ, ਮੈਂ ਢਿੱਲੇ ਕਰਦਾ ਥੋੜ੍ਹੇ ਥੋੜ੍ਹੇ, ਇਹ ਜ਼ਿਆਦਾ ਟਾਇਟ ਕਰ ਜਾਂਦਾ। ਅਤੇ ਬੰਦੇ ਕਿੰਨੇ ਹੋ ਗਏ ਆਪਣੇ ਕੋਲ, 4, 5 ਅਤੇ 4, 9, 10, 11, 12, 13, 14, 15 15 ਬੰਦੇ ਇੱਥੇ ਅੱਜ ਤੱਕ ਆਪਣੇ ਕੋਲ, ਮੈਨੂੰ ਗਿਣੇ ਨਹੀਂ 16। ਅੱਛਾ ਉੱਧਰ ਵੱਗ ਗਏ, ਹਾਂ ਇਹ ਤਾਂ ਗਿਣ ਲਏ, ਇਹਨਾਂ ਤੋਂ ਬਿਨਾਂ ਆਪਣੇ ਹੋਰ 15-16 ਹੀ ਹੋਏ ਆ। 64 ਕਿੱਲਿਆਂ ਦਾ ਟਰਾਇਲ ਆ ਇਹ, 64 ਕਿੱਲੇ ਕਹਿੰਦੇ ਇਕੱਠੇ ਹੋਣੇ ਚਾਹੀਦੇ ਫਿਰ ਜਾ ਕੇ ਇਹ ਕਾਮਯਾਬ ਹੁੰਦਾ ਟਰਾਇਲ। ਅਤੇ ਬਾਉਂਡਰੀ ਦੇ ਉੱਤੇ ਹੈਗੇ ਜਿਹੜੇ ਮੀਟਰ ਮੀਟਰ 'ਤੇ, ਪੂਰੇ 64 ਕਿੱਲਿਆਂ ਦੇ ਮੀਟਰ ਮੀਟਰ 'ਤੇ ਲਾ ਦੇ, ਠੀਕ ਆ 64 ਕਿੱਲਿਆਂ ਦੇ ਮੀਟਰ ਮੀਟਰ 'ਤੇ, ਜਿਹੜੇ ਵਿੱਚ ਲਾਉਣੇ ਆ ਇਹ 5.5 ਮੀਟਰ 'ਤੇ, 5.5 ਮੀਟਰ 'ਤੇ ਤਾਂ ਇੱਕ ਬੂਟੇ ਦੇ ਉੱਤੇ, ਹਰੇਕ ਬੂਟੇ 'ਤੇ ਨਹੀਂ ਪਾਉਣਾ ਵਾ, 5.5 ਮੀਟਰ, ਹਾਂ 3 ਕਰਮਾਂ ਦੇ ਉੱਤੇ ਇੱਕ ਰਿੰਗ ਇੱਕ ਬੂਟੇ ਨੂੰ ਪਾਉਣਾ ਗਾ, 1 ਤਵੀਤ ਪਾ ਦੇਣੇ ਆ। ਅਤੇ ਅੱਜ ਮੇਰੇ ਖਿਆਲ ਸਾਰੇ ਜਣੇ ਆਸੇ ਪਾਸੇ ਖੇਤਾਂ ਦੇ ਲੱਗੇ ਹੋਏ ਆ ਬੰਦੇ, ਅਤੇ ਮੈਨੂੰ ਲੱਗਦਾ ਸ਼ਾਮ ਤੱਕ 64 ਦੇ 64 ਕਿੱਲੇ ਕਰ ਲੈਣਗੇ, ਪੂਰੇ ਹੋ ਜਾਣਗੇ। ਹੋ ਜੇ ਮੈਂ ਤਾਂ ਕਹਿੰਦਾ ਵਧੀਆ, ਚਲੋ ਚੰਗੀ ਗੱਲ ਆ, ਤਕਨੀਕ ਨਾ ਨਾ ਆਪਣੇ ਤਾਂ ਔਖਾ ਹੀ। ਅਤੇ ਇੱਕ ਆਹ ਸਾਡੇ ਦੇਖ ਲਓ ਵੀ ਅੱਜ ਦੀ ਵੀਡੀਓ ਆ ਇਹ, ਅਤੇ ਮੀਂਹ ਜਿਹੜਾ ਪਿਆ ਹੀ ਨਹੀਂ ਬਿਲਕੁਲ, ਮੀਂਹ ਬਿਨਾਂ ਤਰਸ ਹੀ ਜਾਂਦੇ ਆ, ਹੋਰ ਸਾਰੇ ਕਿਤੇ ਆਖੀ ਆਪਣੇ ਆਉਂਦਾ ਨੀ। ਮੌਸਮ ਵਾਲਾ ਬਾਈ ਵੀ ਬਾਹਲਾ ਜ਼ੋਰ ਲਾਉਣਾ ਹੁੰਦਾ, ਗੋਡੇ ਗੋਡੇ ਖਿਲਾਰ ਦਾਂਗੇ ਕਹਿੰਦਾ, ਉਹ ਸਾਰਿਆਂ ਨੇ ਗਹਿ ਗੱਡ ਕਰਕੇ ਅਤੇ ਤਿਆਰੀਆਂ ਕਰ ਰੱਖੀਆਂ, ਬੱਟਾਂ ਬੁੱਟਾਂ ਤਕੜੀਆਂ ਕਰਤੀਆਂ ਸੀਗੀਆਂ, ਪਰ ਮੈਨੂੰ ਲੱਗਦਾ ਪਾਣੀ ਲਾਏ ਨਹੀਂ ਗੇ, ਇਹ ਹੋ ਗਿਆ ਔਖਾ ਕੰਮ। ਕੰਮ ਤਾਂ ਸੌਖਾ ਯਾਰ ਸਪਰੇਅ ਨਾਲੋਂ ਤਾਂ, ਜੇ ਵਧੀਆ ਸਿੱਧ ਹੋ ਗਿਆ ਕਾਰਗਰ ਤਾਂ ਕੰਮ 90 ਦਿਨ ਲੋੜ ਨਹੀਂ ਕਹਿੰਦੇ ਗੁਲਾਬੀ ਜਿਹੜੀ ਸੁੰਡੀ ਵਾਲੀ ਸਪਰੇਅ ਕਰ ਦੇਣ 90 ਦਿਨ, ਬਾਕੀ ਜੋ ਮਰਜ਼ੀ ਆਪਦੀਆਂ ਕਰਦੇ ਰਹੋ, ਚਿੱਟੇ ਮੱਛਰ ਵਾਲੀਆਂ ਆਹ ਚੀਜ਼ ਆ ਇਹ ਤਵੀਤ ਕਹਿੰਦੇ ਜਪਾਨ ਤੋਂ ਆਉਂਦੇ ਆ ਸਿੱਧੇ ਇੱਥੇ, ਅਤੇ ਜਪਾਨ ਤੋਂ ਆ ਕੇ ਐਤਕੀ ਫਰੀ ਟਰਾਇਲ ਆ, ਅਤੇ ਅਗਲੇ ਸਾਲ ਦੇਖੋ ਇਹਦਾ ਕੀ ਖਰਚਾ ਪਾਉਂਦੇ ਆ ਜੇ ਸਹੀ। ਹਾਂ ਉਹ ਤਾਂ ਚਲੋ ਹਜੇ ਕੋਈ ਇਹਨਾਂ ਦਾ ਕਮਰਸ਼ੀਅਲ ਆਇਆ ਨਹੀਂ ਰੇਟ।